ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪਾਰਟ 2 ਵਿੱਕੀ ਥੌਮਸ ਪਰ ਰੁਪਈਆ ਦਿਖਾਉਣਾ ਜੀ ਕਿਹੜੀਆਂ ਕਿਹੜੀਆਂ ਹੈ ਰਾਜ ਚ ਗਿਆ ਤੇ ਕਿੱਦਾਂ ਕਿੱਦਾਂ ਇਸਨੇ ਧਰਮ ਚੇਂਜ ਕੀਤੇ ਤੇ ਸੂਤੀ ਦਾ ਸਿੱਖੀ ਚ ਆ ਗਿਆ ਜਿਹੜੇ ਅਜੇ ਵੀ ਇਹਦੇ ਪਿੱਛੇ ਲੱਗੇ ਹੋ ਆ ਪ੍ਰਭੂ ਤੁਹਾਡਾ ਕੁਝ ਨਹੀਂ ਹੋ ਸਕਦਾ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੁਹਾਨੂੰ ਦਿਖਾਉਣਾ ਐਸੇ ਪਰ ਰੁਪਈਏ ਦਾ ਰੰਗ ਲੱਭ ਲਿਆ ਫਿਰ ਮੁੰਡਾ ਡੱਬਿਆਂ ਦਾ ਸਾਰੇ ਪਾਸੇ ਸ਼ੇਅਰ ਕਰਿਓ ਜਲਦੀ ਜਲਦੀ ਕਰਦਾਓ ਸ਼ੇਰ ਗਰੁੱਪਾਂ ਚ ਸਵੇਰ ਦਾ ਟਾਈਮ ਆ ਪੰਜਾਬੀਓ ਜਾਗਤਾ ਗਏ ਆ ਪਰ ਤੁਸੀਂ ਜਾਗੋ ਹਾ ਕੌਣ ਆ ਜੀ ਇਹ ਵਿੱਕੀ ਥੌਮਸ ਆ ਤੇ ਇਹਦੀਆਂ ਕਾਰਸਤਾਨੀਆਂ ਦਿਖਾਉਣਾ ਆ ਬਾਈ ਜੀ ਇਹਨੇ ਕਿੰਨੇ ਭੇਸ ਚੇਂਜ ਕੀਤੇ ਆ ਹਾਂਜੀ ਤੇ ਸੂਤੀ ਦਾ ਸਿੱਖਾਂ ਚ ਆਇਆ ਆ ਸਭ ਕੁਝ ਇਹਨੇ ਕਰਕੇ ਦੇਖ ਲਿਆ ਬਾਈ ਜੀ ਨਮਾਜ਼ ਪੜੀ ਕ੍ਰਿਸਚੀਅਨਾਂ ਚ ਤਾਂ ਚਲੋ ਜੰਮਿਆ ਸੀ ਆਪਣੇ ਹਿੰਦੂ ਭਾਈਚਾਰੇ ਚ ਵੀ ਇਸਨੇ ਕੀ ਕੀ ਕੀਤਾ ਸਾਰੇ ਹੀ ਦਿਖਾਉਣਾ ਆ ਦੇਖ ਸਕਦੇ ਆ ਸੋ ਮੁ슬ਮਨ ਧਰਮ ਵੱਲ ਵੀ ਗਿਆ ਉਧਰ ਨਹੀਂ ਗੱਲ ਹੋਈ ਹਿੰਦੂ ਧਰਮ ਵੱਲ ਵੀ ਗਿਆ ਤੇ ਲੋਕ ਸਿਆਣੇ ਆ ਸਾਰੇ ਇਹਨੂੰ ਪਤਾ ਪੰਜਾਬੀ ਭੋਲੇ ਭਾਲੇ ਆ ਸਿਆਣੇ ਤਾਂ ਪੰਜਾਬੀ ਵੀ ਆ ਜਿਹੜੇ ਸ਼ੇਅਰ ਕਰ ਰਹੇ ਆ ਵਾਇਰਲ ਕਰ ਰਹੇ ਆ ਵੀਡੀਓ ਇਹਦੇ ਦੇਖ ਸਕਦੇ ਪੂਰੀਆਂ ਇਹਨੇ ਨਵਾਜਾਂ ਪੜੀਆਂ ਸਾਰੇ ਕੁਝ ਕਰਕੇ ਦੇਖਿਆ ਤੇ ਅੰਤ ਫਿਰ ਇਹਨੂੰ ਪਤਾ ਸੀ ਸਿੱਖਾਂ ਤੇ ਚੱਲ ਜਾਓ ਤੇ ਪਿੱਛੇ ਲਾ ਲੈਣੇ ਵਾਹਿਗੁਰੂ ਜੀ ਕਹਿ ਕੇ ਬਾਸ ਗੱਲ ਗੱਲ ਤੇ ਵਾਹਿਗੁਰੂ ਐਵੇਂ ਥੋੜੋ ਕਹਿੰਦਾ ਆ ਤੇ ਬਾਈ ਜੀ ਦਿਖਾਉਨੇ ਆ ਤੁਹਾਨੂੰ ਇਹਦੀਆਂ ਫੋਟੋਆਂ ਸਾਰੇ ਪਾਸੇ ਸ਼ੇਅਰ ਕਰੀ ਚਲੋ ਕਹਿਣਾ ਨਾ ਪਵੇ ਦੂਜੀ ਗੱਲ ਕੋਈ ਵੀ ਮੇਰੀ ਇਹ ਵੀਡੀਓ ਪਾ ਸਕਦਾ ਆ ਪਰ ਭਰਾਵੋ ਮਿਹਨਤ ਬਹੁਤ ਹੋ ਹੁੰਦੀ ਆ ਲਿਖ ਦਿਆ ਕਰੋ ਪੀ ਅਸਲੀ ਹਿੰਦੀ ਜਸਵਾਲ ਨੇ ਵੀਡੀਓ ਬਣਾਈ ਆ ਉਹਨੂੰ ਵੀ ਫੋਲੋ ਕਰ ਲਓ ਹਾਂਜੀ ਤੇ ਤੁਹਾਨੂੰ ਦਿਖਾਉਣਾ ਆ ਹੋਰ ਇਹਦੀਆਂ ਸਾਰੀਆਂ ਤਸਵੀਰਾਂ ਤੇ ਇਹਦਾ ਕੀ ਸਿਸਟਮ ਸੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਤੇ ਇਸ ਨੇ Hindu ਧਰਮ ਦੀ ਵੀ ਵਿਅਦਵੀ ਕੀਤੀ ਸੀ ਉਹ ਵੀ ਦਿਖਾਉਣਾ ਇਹ ਮਹਾਰਾਸ਼ਟਰ ਵੱਲ ਗਿਆ ਪਹਿਲਾਂ ਇਹਨੇ சிவாਜੀ ਮਰਾਠਾ ਜੀ ਦਾ ਸਾਰਾ ਕੁਝ ਕੀਤਾ ਉੱਧਰਲੇ ਲੋਕ ਸਾਨੇ ਸੀ ਉਹਨਾਂ ਨੇ ਇਹਨੂੰ ਘਾ ਨਹੀਂ ਪਾਇਆ ਤੇ ਪੰਜਾਬ ਵੱਲ ਆ ਗਿਆ ਦੇਖ ਲਓ ਪਹਿਲਾਂ சிவாਜੀ ਮਰਾਠਾ ਦੇ ਮੱਥੇ ਟੇਕਦਾ ਹੁੰਦਾ ਸੀ ਹਾਂਜੀ ਤੇ ਉੱਧਰ ਵੀ ਆਪਣੀ ਬੱਲੇ ਬੱਲੇ ਕਰਾਉਣ ਲਈ ਲੋਕਾਂ ਚ ਹਨਾ ਵੀ ਵਿੱਕੀ ਥਾਮਸ ਅਪ੍ਰੈਲ ਅਸੰਬੱਧ ਗੁੱਸਾ ਕਿੰਨਾ ਹੈ ਨਿਕਤਾ ਪਟਿਲ ਸ਼ੁਭੇਸ਼ ਕੁ ਸ਼ੁਭੇਸ਼ ਸ਼ਿਕ ਨਿਕਤਾ ਪਟਿਲ ਤੇ ਕੱਪੜੇ ਗੜੇ ਪਾਇਓ ਆ ਸ਼ਿਵਜੀ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਦੇਖ ਸਕਦੇ ਆ ਤਸਵੀਰ ਤੁਹਾਨੂੰ ਧਿਆਨ ਆਏ ਵਾਲੀ ਦਿਖਾਉਣਾ ਸੋ ਹਿੰਦੂ ਭਾਈਚਾਰੇ ਨੂੰ ਬੇਨਤੀ ਹੈ ਜੇ ਤੁਹਾਨੂੰ ਫੀਲ ਹੋਇਆ ਵੀ ਬਿਆਦਬੀ ਕੀਤੀ ਆ ਜੇ ਨਹੀਂ ਫੀਲ ਹੋਇਆ ਫਿਰ ਤੁਹਾਡੀ ਮਰਜ਼ੀ ਆ ਆਪਣਾ ਕੰਮ ਸੀ ਤੁਹਾਨੂੰ ਦਿਖਾਉਣਾ ਤੇ ਮਾਡਲ ਬਣਿਆ ਫਿਰਦਾ ਸੀ ਸਾਰੀਆਂ ਹੀ ਦਿਖਾਉਣੇ ਆ ਤੁਹਾਨੂੰ ਇਹਦੀਆਂ ਤਸਵੀਰਾਂ ਲਓ ਇਹਨੂੰ ਸ਼ੌਕ ਸ਼ੁਰੂ ਤਾਂ ਹੀ ਸੀ ਵੀ ਲੋਕ ਮੈਨਾਂ ਫੋਟੋਆਂ ਕਰਾਉਣ ਉਹ ਦੇਖੋ ਸ਼ਿਵਜੀ ਮਹਾਰਾਜ ਦੇ ਹਾਂਜੀ ਦੇਖ ਸਕਦੇ ਆ ਇੱਦਾਂ ਬਾਇਆ ਹੁਣ ਤੁਹਾਨੂੰ ਮੈਨੂੰ ਨਹੀਂ ਪਤਾ ਵੀ ਇੱਦਾਂ ਤਸਵੀਰ ਬਣਾ ਸਕਦੇ ਆ ਜਾਂ ਨਹੀਂ ਪਰ ਜਿੱਥੇ ਤੱਕ ਮੈਨੂੰ ਫੀਲ ਹੋਇਆ ਵੀ ਮਾੜੀ ਗੱਲ ਆ ਬਿਆਦਬੀ ਕੀਤੀ ਆ ਹਿੰਦੂ ਭਾਈਚਾਰੇ ਦੀ ਬਾਕੀ ਮਰਜ਼ੀ ਤੁਹਾਡੀ ਆ ਮੇਰਾ ਕੰਮ ਆ ਤੁਹਾਡੇ ਤੱਕ ਫੋਟੋ ਪਹੁੰਚਾ ਦੇਣਾ ਆਪਾਂ ਕਿਸਨੂੰ ਢਕਾਉਂਦੇ ਆ ਹਾਂਜੀ ਸੋ ਬੜੇ ਨੇ ਕੰਮ ਕੀਤੇ ਵਿਚਾਰੇ ਨੇ ਸੋ ਸਾਰੇ ਪਾਸੇ ਗਿਆ ਪਹਿਲਾਂ ਇਹ ਮੁਸਲਿਮ ਧਰਮ ਵੱਲ ਗਿਆ ਸੀ ਜਦੋਂ ਛੋਟਾ ਜਿਹਾ ਹੁੰਦਾ ਸੀ ਬਚਪਨ ਜਏ ਚ ਮੁੱਛਾ ਜੀ ਉੱਭਰਦੀ ਸੀ ਗੱਭਰੂ ਜਵਾਨ ਦੇ ਸੋ ਬੜੀਆਂ ਟੋਪੀਆਂ ਲੀਆਂ ਨਵਾਜਾਂ ਨਵਾਜਾਂ ਬੜੀਆਂ ਪਰ ਰਾਸ ਨਹੀਂ ਆਈਆਂ ਹਾਂਜੀ ਸੋ ਉੱਥੇ ਵੀ ਉਸ ਧਰਮ ਦੇ ਲੋਕਾਂ ਨੂੰ ਵੀ ਭਰਮਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਏ ਬਾਈ ਪਰੀ ਦੀ ਮੈਂ ਸਾਰਾ ਹੀ ਦੇਖੀਆਂ ਫੋਟੋਆਂ ਬਾਈ ਜੀ ਕੋਈ ਪੈਸਾ ਕਿੱਥੋਂ ਆਉਂਦਾ ਸਾਰਾ ਦੁਨੀਆ ਦਾ ਕੋਈ ਨੇ ਦੇਸ਼ ਛੱਡਿਆ ਹੀ ਨਹੀਂ ਜਿਹੜਾ ਨਾਂ ਘੁੰਮਿਆ ਹੋਵੇ ਹਾਂਜੀ ਕੋਈ ਦੇਸ਼ ਇਹਨੇ ਛੱਡਿਆ ਨਹੀਂ ਮੈਂ ਤੁਹਾਨੂੰ ਦਿਖਾਉਣਾ ਆ ਤੇ ਬਾਕੀ Hindu ਭਾਈਚਾਰੇ ਚ ਵੀ ਬਹੁਤ ਇਹਨੇ ਮੰਦਰਾਂ ਚ ਜਾ ਕੇ ਕੀਤਾ ਹਨਾ ਪਰ ਗੱਲ ਵਿਚਾਰੇ ਦੀ ਸਿੱਖ ਧਰਮ ਜੀ ਆ ਕੇ ਬਣੀ ਆ ਇੱਥੇ ਆ ਕੇ ਮਸ਼ਹੂਰ ਹੋਇਆ ਆ ਇੱਥੇ ਹੀ ਆਪਣੇ ਲੋਕਾਂ ਨੇ ਇਹਨੂੰ ਚਮਲਾਇਆ ਆ ਤੇ ਜਿਹੜੇ ਇਹਦੀ ਇੰਟਰਵਿਊ ਲੈਂਦੇ ਚੈਨਲਾਂ ਵਾਲੇ ਉਹ ਤੁਹਾਨੂੰ ਵੀ 21 ਤੋਪਾਂ ਦੀ ਸਲਾਮੀ ਆ ਇਹਦੇ ਦਿਲ ਚ ਪਤਾ ਕੀ ਆ ਜਿਹੜੇ ਆਪਣਾ ਆਹ ਦੇਖ ਲਓ ਬਹੁਤ ਪੈਰ ਜੁਮੇ ਹੰਜੀ ਦੇਖ ਸਕਦੇ ਆ ਸੋ ਸੋ ਜਿਸ ਨਾਲ ਇਸਨੇ ਵਿਆਹ ਕਰਾਇਆ ਸੀ ਲਓ ਜੀ ਆਪਣੇ ਮੁਸਲਿਮ ਭਾਈਚਾਰੇ ਨੂੰ ਪਰਮਾਉਣ ਦੀ ਬੜੀ ਕੋਸ਼ਿਸ਼ ਕੀਤੀ ਹਾਂਗੇ ਨਵਾਜਾਂ ਪੜੀਆਂ ਸੋ ਮੁਕੱਦਸ ਹਸਤਾਨ ਦੀ ਤਸਵੀਰ ਤੁਸੀਂ ਦੇਖ ਸਕਦੇ ਆ ਸਭ ਨੂੰ ਪਤਾ ਕਿੱਥੇ ਦੀ ਆ ਪਰ ਗੱਲਬਾਤ ਨਹੀਂ ਕਿਸੇ ਪਾਸੇ ਬਣੀ ਸੀ ਹੋਰ ਵੀ ਤੁਹਾਨੂੰ ਦਿਖਾਉਣਾ ਹੈ ਫਿਰ ਬੇਨਤੀ ਆ ਸ਼ੇਅਰ ਕਰ ਦਿਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਦਾ ਉਹ ਸਵੇਰ ਦਾ ਟਾਈਮ ਹੋ ਗਿਆ ਜਾਗਤਾ ਗਏ ਆ ਪਰ ਅਸਲੀ ਤੁਹਾਨੂੰ ਮੈਂ ਜਗਾਉਣਾ ਚਾਹੁੰਨਾ ਆ ਤੇ ਗਾਂਧੀ ਨੂੰ ਆਪਣਾ ਆਈਡਲ ਮੰਨਦਾ ਆ ਤੇ ਇਹਦੀ ਕਵਰ ਫੋਟੋ ਵੀ ਤੁਸੀਂ ਟਵਿੱਟਰ ਤੇ ਦੇਖ ਸਕਦੇ ਨੇ ਗਾਂਧੀ ਦੀ ਲਾਈਓ ਆ ਸੋ ਦੇਖ ਸਕਦੇ ਮਹਾਤਮਾ ਗਾਂਧੀ ਜੀ ਨੂੰ ਸਾਰੇ ਸਿੱਖ ਪੰਜਾਬੀ ਗਾਲਾਂ ਦਿੰਦੇ ਆ ਤੋ ਇਹਨੂੰ ਇਹ ਆਈਡਲ ਮੰਨਦਾ ਆ ਤੇ ਸੋਨੀਆ ਗਾਂਧੀ ਬਾਰੇ ਵੀ ਨਕੀ ਲਿਖਿਆ ਸੀ ਉਹ ਵੀ ਤੁਹਾਨੂੰ ਦਿਖਾ ਦੂੰ ਕਿਹੜੀ ਮੈਂ ਤਸਵੀਰ ਦਿਖਾਈ ਸੀ ਤੇ ਹੋਰ ਵੀ ਤੁਹਾਨੂੰ ਦਿਖਾਉਣਾ 900 ਚੂਹੇ ਖਾ ਕੇ ਬਿੱਲੀ ਹੱਜ ਨਾ ਚੱਲੀ ਲੋਕਾਂ ਨੂੰ ਮੱਤਾਂ ਦਿੰਦਾ ਉਹ ਭੱਲਿਆ ਬ੍ਰਾਂਡ ਤੋਂ ਕੋਈ ਖੁਦ ਛੱਡਿਆ ਨੀਗਾ ਹੈ ਠੀਕ ਆ ਨਾ ਸੇ ਉਹ ਦੇਖ ਸਕਦੇ ਹੁਣ ਲੋਕਾਂ ਨੂੰ ਮਤਾ ਦਿੰਦਾ ਆ ਨਹੀਂ ਕਰਨਾ ਆ ਨਹੀਂ ਕਰਨਾ ਫਿਰ ਲੈਂਡੀਆਂ ਵਾਲੀ ਘੈਂੜਿਆ ਹੈ ਵੋਧ ਕੇ ਵੀਂਦਾ ਸੀ ਵਕਾੜੀਆਂ ਵੱਲੇ ਤੇ ਭਾਈ ਬੜਾ ਘੁੰਮਿਆ ਹੈ ਯਾਰ ਇਹਦੇ ਜਿੰਨਾ ਪੂਰੇ ਇੰਡੀਆ ਚੋਂ ਨਹੀਂ ਕੋਈ ਘੁੰਮਿਆ ਹੁਣ ਆਈ ਦੀ ਮੈਂ ਫੋਟੋਆਂ ਇਹਦੀਆਂ ਫੋਟੋਆਂ ਬਾਈ ਜੀ 30 40 ਹਜ਼ਾਰ ਫੋਟੋ ਇਹਨੇ ਪਾਈਓ ਫੋਟੋਆਂ ਦਾ ਸ਼ਕੀਨ ਹੈ ਇਸ ਨੂੰ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਮਾਡਲਿੰਗ ਚ ਵੀ ਗਿਆ ਉੱਥੇ ਨਹੀਂ ਗੱਲ ਬਣੀ ਹੂਰ ਪਰੀਆਂ ਵਾਲੇ ਦੁਆਲੇ ਘੁੰਮਦੀਆਂ ਸੀਗੀਆਂ ਸੋ ਦੇਖ ਸਕਦੇ ਆ ਚਾਰੇ ਪਾਸੇ ਸਾਰੇ ਬਾਜ਼ੇ ਹੱਥ ਫੈਰ ਮਾਰ ਕੇ ਆਖਰ ਚ ਇਹ ਇਹ ਦੇਖ ਲਿਆ ਪੰਜਾਬੀ ਸਿੱਖ ਭੋਲੇ ਪਾਲੇ ਲੋਗ ਆ ਬਸ ਇੱਥੇ ਇਹਨਾਂ ਨੂੰ ੜਿੱਕੇ ਲਈਏ ਅਸਲ ਚ ਇਹ ਸੋ ਦੇਖ ਸਾਤੇ ਅੱਜ ਲਿਖਿਆ ਪ੍ਰਾਊਡ ਟੂ ਬੀ ਇੰਡੀਅਨ ਵਧੀਆ ਗੱਲ ਆ ਜੇ ਤੈਨੂੰ ਪ੍ਰਾਊਡ ਟੂ ਬੀ ਇੰਡੀਅਨ ਆ ਭਰਾਵਾ ਭਾਰਤੀ ਸਰਕਾਰ ਤੋਂ ਮਾਫ਼ੀਆਂ ਹੀ ਮੰਗਾ ਦੇ ਲੋਕਾਂ ਨੂੰ ਤਾਂ ਤੂੰ ਕਹਿਣਾ ਇਹਦੀ ਮਾਫ਼ੀ ਮੰਗ ਇਹਦੀ ਮੰਗ ਭਾਰਤੀ ਸਰਕਾਰ ਤੋਂ ਨਹੀਂ ਮੰਗਾ ਦੇ ਜਿਹੜਾ ਸਿੱਖ ਭਾਈਚਾਰੇ ਨਾਲ ਧੱਕਾ ਹੋਇਆ ਆ ਸੋ ਬਾਕੀ ਆਪਣਾ ਕੰਮ ਆ ਸੋ ਮਾਈ ਲਵ ਤਰੰਗਾ ਝੰਡਾ ਹਨਾ ਮੈਂ ਤਾਂ ਤਰੰਗੇ ਝੰਡੇ ਵਿਰੁੱਧ ਕੁਝ ਕਹਿੰਦਾ ਨਹੀਂ ਠੀਕ ਆ ਤੇਰਾ ਲਾਵੇ ਆ ਵਧੀਆ ਗੱਲ ਆ ਪਰ ਸਮਝਦਾ ਨਾ ਕੀ ਕਹਿਣਾ ਚਾਹਣਾ ਮੈਂ ਤੁਹਾਨੂੰ ਮੈਂ ਕੀ ਸਮਝਾਉਣਾ ਚਾਹਣਾ ਅਜੇ ਵੀ ਸਿਆਣੇ ਬਣ ਜਾਓ ਸਿਆਣੇ ਬਣ ਜਾਓ ਜਿਹੜੇ ਇਹਦੇ ਪਿੱਛੇ ਲੱਗੇ ਹੋਆ ਇਦਾਂ ਉਦਾਂ ਆ ਬੜੇ ਨੇ ਭੇਸ ਬਦਲੇ ਆ ਸੋ ਦਰਸਲ ਇੱਕ ਕਾਰਨ ਕੀ ਆ ਹਨਾ ਸੋ ਹਾਂਜੀ ਆ ਤਸਵੀਰ ਦਿਖਾਉਣੀ ਆ ਹਾਂਜੀ ਇਹ ਚਲੋ ਪ੍ਰਮਾਤਮਾ ਨੇ ਰੱਬ ਨੇ ਕੁਦਰਤ ਨੇ ਇਸ ਨੂੰ ਇਸ ਧਰਤੀ ਤੇ ਇਸ ਰੂਪ ਚ ਭੇਜਿਆ ਏ ਦੇਖੋ ਇਹਨਾਂ ਨੇ ਕਿੰਨੀ ਤਰੱਕੀ ਕਰ ਲਈ ਆ ਇਹ ਬਾਬਾ ਜੀ ਬਣ ਗਏ ਆ ਆਸ਼ੀਰਵਾਦ ਦਿੰਦੇ ਇਹਨਾਂ ਦੀ ਪੂਰੀ ਚੜ੍ਹਾਈ ਆ ਪੂਰੀ ਸਰਕਾਰੇ ਦਰਬਾਰੇ મોદી ਤੱਕ ਪੂਰਾ ਬੰਬੇ ਇੰਡਸਟਰੀ ਚ ਇਹਨਾਂ ਦੀ ਚਲਦੀ ਲਾ ਲਓ ਇਹਨਾਂ ਦੀ ਗੱਲਬਾਤ ਪੂਰੀ ਆ ਵਧੀਆ ਗੱਲ ਆ ਮਿਹਨਤ ਕੀਤੀ ਸਪੀਚਾਂ ਆਉਂਦੀਆਂ ਸਾਰਾ ਕੁਝ ਆਉਂਦਾ ਸੋ ਉਹਨੇ ਪਿਆ ਕਰਾਇਆ ਸੀ ਇਹਨਾਂ ਨਾਲ ਹਾਂਜੀ ਸੋ ਇਹਨਾਂ ਦੀ ਆਪਾ ਲక్ష్ਮੀ ਜੀ ਦੀ ਰਿਸਪੈਕਟ ਕਰਦੇ ਆ ਇਹਨਾਂ ਨੂੰ ਥੋੜਾ ਕੁਛ ਮੜਾ ਚੰਗਾ ਕਹਿਣਾ ਸੋ ਲੋਡ ਵੀ ਕੀਆ ਸੋ ਇਹਨਾਂ ਦੀ ਪੂਰੀ ਚੜ੍ਹਾਈ ਆ ਪੂਰੇ ਮੇਲੇ ਹੁੰਦੇ ਇਹਨਾਂ ਦੇ ਨਾਂ ਤੇ ਆਸ਼ੀਰਵਾਦ ਦਿੰਦੇ ਆ ਲੋਕਾਂ ਨੂੰ ਊਠ ਤੇ ਚੜ੍ਹ ਕੇ ਪਰ ਥਾਮਸ ਦਾ ਊਠ ਕਿਸੇ ਕਰਵਟ ਬੈਠਦਾ ਨਹੀਂ ਸੀ ਪਰ ਸਾਰੀ ਘੁੰਮ ਘਮਾ ਕੇ ਹੈ ਬਾਰਡਰ ਸੂਬਾ ਜਿਹੜਾ ਪੈਂਦਾ ਕਹਿੰਦਾ ਚੱਲ ਫਿਰ ਪੰਜਾਬ ਵੱਲ ਨੂੰ ਚੱਲਦੇ ਆ ਤੇ ਬੱਕ ਲੈ ਲਿਆ ਉਹਨੇ ਗੱਲਾਂ 'ਚ ਹਾਂਜੀ ਸੋ ਦੇਖ ਸਕਦੇ ਆ ਸੋ ਲక్ష్ਮੀ ਜੀ ਨੇ ਜ਼ਿੰਦਗੀ 'ਚ ਬਹੁਤ ਸਟਰਗਲ ਕੀਤੀ ਤੇ ਤਰੱਕੀ ਵੀ ਕੀਤੀ ਆ ਤੁਸੀਂ ਦੇਖ ਸਕਦੇ ਆ ਸੋ ਇਹਨਾਂ ਦੇ ਪਹਿਰਾਵੇ ਤੋਂ ਕਿੰਨਾ ਮਹਿੰਗੀਆਂ ਪੋਸ਼ਾਕਾਂ ਆ ਵਧੀਆ ਗੱਲ ਆਈ ਨਾ ਤੇ ਨਹੀਂ ਆਪਾਂ ਕਿੰਤੂ ਪ੍ਰੰਤੂ ਕਰਦੇ ਸੋ ਗੱਲ ਇਹਨਾਂ ਦੀ ਫੋਟੋ ਤਾਂ ਦਿਖਾਈ ਗਿਆ ਵੀ ਵਿਕੀ ਥੌਮਸਨ ਨੇ ਇਹਨਾਂ ਨਾਲ ਵਿਆਹ ਕਰਾਇਆ ਸੀਗਾ ਸੋ ਵਿਕੀ ਨੂੰ ਇਹ ਆ ਵੀ ਜਿੰਨਾਂ ਨੇ ਵਿਆਹ ਕਰਾਇਆ ਘਰ ਵਾਲੀ ਕਿੱਥੇ ਦੀ ਕਿੱਥੇ ਪਹੁੰਚ ਗਈ ਮੇਰਾ ਕਿਸੇ ਪਾਸੇ ਸੂਤ ਨਹੀਂ ਆਉਂਦਾ ਹੁਣ ਸੂਤ ਆ ਗਿਆ ਆ ਤੇ ਬਾਕੀ ਦੇਖੋ ਅਜੇ ਵੀ ਜੇ ਲੋਕ ਨਹੀਂ ਸੰਭਲੇ ਕੀ ਕਰ ਸਕਦੇ ਆ ਹਾਂਜੀ ਬਾਈ ਮੈਨੂੰ ਨਹੀਂ ਪਤਾ ਬਾਈ ਤੋ ਇੰਨਾ ਪੈਸਾ ਕਿੱਥੋਂ ਆਉਂਦਾ ਹਾਂਜੀ ਲੋਕਲ ਆਪਾਂ ਤਾਂ ਕਹਿੰਨੇ ਲੋਕਲ ਵੀ ਅੱਜ ਇੱਥੇ ਸੀ ਕੱਲ ਇੱਥੇ ਬਾਈ ਇਹਨੇ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਿਆ ਮੈਂ ਤੁਹਾਨੂੰ ਤਸਵੀਰ ਇੱਕ ਦਿਖਾਉਣਾ ਆ ਇੱਕ ਇਨਸਾਨ ਆ ਬਾਡਲੋ ਹੋਇਆ ਦੁਨੀਆ ਦਾ ਸਭ ਤੋਂ ਲੰਮਾ ਇਨਸਾਨ ਸੋ ਦੇਖ ਸਕਦੇ ਆ 8 ਫੁੱਟ 11 ਇੰਚ ਆਲਮੋਸਟ 9 ਫੁੱਟ ਦਾ ਇਨਸਾਨ ਸੀ ਦਾ ਸਟੈਚੂ ਸੋ ਪੈਰਸ ਅਮਰੀਕ ਪਤਾ ਨਹੀਂ ਯਾਰ ਕਹਿੰਦਾ ਭਾਵ ਆ ਜਿਹੜੇ ਬੰਦੇ ਨੇ 10 20 ਹਜ਼ਾਰ ਫੋਟੋ ਪਾਈ ਹੋਵੇ ਸੋਸ਼ਲ ਮੀਡੀਆ ਤੇ ਪਰ ਇਹ ਕਿੰਨਾ ਘੁੰਮਿਆ ਹੋਗਾ ਮੈਨੂੰ ਨਹੀਂ ਪਤਾ ਬਾਈ ਜੀ ਇਹਦਾ ਪੈਸਾ ਕੌਣ ਦਿੰਦਾ ਆ ਸੋ ਕਾਂਗਰਸ ਪਾਰਟੀ ਦਿੰਦੀ ਹੋਗੀ ਹਾਂ ਬਥੇਰਾ ਲੁੱਟਿਆ ਘਟਾਲੇ ਬਥੇਰੇ ਕੀਤੇ ਆ ਜੀਰੋਆਂ ਦੀ ਮੁੱਕਦੀਆਂ ਕਾਂਗਰਸ ਦੇ ਘਟਾਲਿਆਂ ਦੀਆਂ ਬੰਦੇ ਦਾ ਆਪਣਾ ਜੋਗ ਵੀ ਕੋਈ ਕੰਮ ਹੋਵੇ ਐਨਾ ਨਹੀਂ ਘੁੰਮ ਸਕਦਾ ਖਰਚਾ ਬਹੁਤ ਆਉਂਦਾ ਘੁੰਮਣ ਤੇ ਹੀ ਨਹੀਂ ਦੁਨੀਆ ਦਾ ਕੋਨਾ ਕੋਈ ਪਤੰਦਰ ਨਹੀਂ ਛੱਡਿਆ ਹੀ ਨਹੀਂ ਬੜੀ ਐਸ਼ ਕੀਤੀ ਨੇ ਜ਼ਿੰਦਗੀ 'ਚ ਹੈ ਸੋ ਦੇਖ ਸਕਦੇ ਆ ਸ਼ੁਰੂ ਤੋਂ ਇਹਨੂੰ ਰੱਬ ਨਾਲ ਕੋਈ ਲੈਣਾ ਨਹੀਂ ਉਹ ਭਰਾਵਾ ਜਿੱਥੇ ਮੱਥਾ ਟੇਕ ਰਿਆਂ ਤੂੰ ਹਨਾ ਸੋ ਸਾਡੇ ਵੀ ਸਾਰੇ ਧਰਮਾਂ ਲਈ ਰਿਸਪੈਕਟ ਹੈ ਸੀਸ ਝੁਕਾਉਨੇ ਆਪਾਂ ਵੀ ਸੋ ਪਰ ਤੂੰ ਆ ਦੇਖ ਲਵਾ ਸੀਸ ਥੋੜਾ ਝੁਕਾਉਂਦਾ ਪਿਆ ਆਪਣੀ ਫੋਟੋ ਖਿਚਾਉਂਦਾ ਪਿਆ ਦੇਖ ਤੁਸੀਂ ਬੰਦੇ ਦੀ ਯਾਰ ਲਾਈਕ ਇੱਕ ਸਿਆਣੇ ਦੀ ਕਹਾਵਤ ਆ ਵੀ ਅੱਖਾਂ ਜਿਹੜੀਆਂ ਸੋਲ ਆਤਮਾ ਦਾ ਦਵਾਰ ਹੁੰਦੀਆਂ ਤੁਸੀਂ ਅੱਖਾਂ ਤੋਂ ਹੀ ਪੜ ਲੈ ਮੈਂ ਅੱਜ ਕੱਲ ਤਾਂ ਅੱਖਾਂ ਤੋਂ ਹੀ ਬੰਦਾ ਪੜ ਹੋ ਜਾਂਦਾ ਉਹ ਤੇ ਦਿਲ ਚ ਕੀ ਚੱਲਦਾ ਪਿਆ ਆ ਦੇਖੋ ਉਹਦੀ ਹੈ ਸ਼ਰਧਾ ਉਸ ਧਰਮ ਲਈ Hindu ਧਰਮ ਲਈ ਮਾੜੀ ਵੀ ਹੈ ਹਾਲੋ ਫੋਟੋ ਖਚਾਉਣ ਦੀ ਪਈ ਹੋਵੇ ਮੇਰੀ ਫੋਟੋ ਇਹਦਾ ਮੂਦੀ ਤੋਂ ਵੀ ਅੱਗੇ ਨਿਕਲ ਗਿਆ ਓਏ ਆ ਗੱਲਾਂ ਕਰਦਾ ਹੁੰਦਾ ਵੀ ਫੋਟੋ ਪਹਿਲਾਂ ਧਰਮ ਬਾਅਦ ਚ ਆ ਤੁਹਾਡੇ ਸਾਹਮਣੇ ਆ ਕੋਈ ਐਡਿਟ ਕੀਤੀਆਂ ਤਸਵੀਰਾਂ ਨਹੀਂ ਜੇ ਅਜੇ ਵੀ ਨਹੀਂ ਅਕਲ ਆਈ ਅਜੇ ਵੀ ਤੁਸੀਂ ਜਿਹਦੇ ਪਿੱਛੇ ਲੱਗੇ ਰਹਿਣਾ ਥੋ ਮਰਜੀ ਵੀ ਤੁਹਾਡੀ ਆ ਜ਼ਿੰਦਗੀ ਵੀ ਤੁਹਾਡੀ ਆ ਪ੍ਰਭਾਉ ਸਾਡਾ ਕੰਮ ਆ ਤੁਹਾਡੇ ਤੱਕ ਚੀਜ਼ਾਂ ਲੈ ਕੇ ਆਉਣਾ ਸੋ ਆਪਣਾ ਫਰਜ਼ ਸਮਝ ਕੇ ਬਦੋ ਬਦ ਸ਼ੇਅਰ ਕਰੋ ਸਾਰਿਆਂ ਤੱਕ ਸੋ ਐਸੀ ਵਿੱਕੀ ਥੰਮਸ ਪਾਰਟ 2 ਸੋ ਫੋਟੋ ਆ ਤਾਂ ਬਹੁਤ ਆ ਭਰਾਵੋ 20000 ਫੋਟੋ ਆ ਘੱਟੋ ਘੱਟ ਸੋ ਕੰਮ ਦੀਆਂ ਤੁਹਾਨੂੰ ਦਿਖਾਉਂਦੀਆਂ ਵੀ ਭੇਸ ਬਹੁਤ ਜਨੇ ਚੇਂਜ ਕੀਤੇ ਆਪਣੇ ਜ਼ਿੰਦਗੀ ਚ ਪਰ ਗੱਲ ਪੰਜਾਬ ਚ ਆ ਕੇ ਬਣੀ ਆ ਤੇ ਹੁਣ ਦੇਖ ਲਓ ਫਿਰ ਭਰਾਵੋ ਹੈ ਤੁਸੀਂ ਜੇ ਇਹਦੇ ਪਿੱਛੇ ਹੁਣਾ ਆ ਜਾਂ ਜਿੱਦਾਂ ਬਾਕੀ ਸਿਆਣੇ ਲੋਕਾਂ ਨੂੰ ਇਹਦਾ ਭੇਸ ਦਾ ਸਾਰਾ ਪਤਾ ਲੱਗਿਆ ਸੋ ਤੁਸੀਂ ਉਹਨਾਂ ਦੀ ਤਰ੍ਹਾਂ ਹੋਣਾ ਆ ਜਾਂ ਫਿਰ ਇਹਦੇ ਪਿੱਛੇ ਜੋ ਵੀ ਹਨਾ ਸੋ ਦੇਖ ਸਕਦੇ ਆ ਕੋਈ ਇਹਨੇ ਇੰਡੀਆ ਦੀ ਦਰਗਾਹ ਨਹੀਂ ਛੱਡੀ ਇੱਕ ਤਾਂ ਹੁੰਦਾ ਯਾਰ ਬੰਦੇ ਲਈ ਬੰਦੇ ਨੂੰ ਕਿਸੇ ਧਰਮ ਲਈ ਰਿਸਪੈਕਟ ਹੁੰਦੀ ਹੈ ਨਾ ਵੀ ਰਿਸਪੈਕਟ ਕਰਕੇ ਬੰਦਾ ਉੱਥੇ ਸੀਸ ਝੁਕਾਉਂਦਾ ਜੋ ਵੀ ਆ ਏ ਭਰਾਵੋ ਇਹ ਤਾਂ ਲੋਕਾਂ ਨੂੰ ਬਸ ਆਪਣੇ ਪਿੱਛੇ ਲਾਉਣ ਲਈ ਵੀ ਮੈਂ ਤੁਹਾਡੇ ਧਰਮ ਦਾ ਇਦਾਂ ਕਰਦਾ ਉਦਾਂ ਕਰਦਾ ਸੋ ਬਹੁਤ ਮੈਨੂੰ ਬੈਡ ਫੀਲ ਹੁੰਦਾ ਆਪਣੇ ਸਿੱਖ ਭਾਈਚਾਰੇ ਦੇ ਲੋਕ ਇਹਦੇ ਪਿੱਛੇ ਲੱਗੇ ਆ ਉઠੋ ਜਾਗੋ ਜਾਗਣ ਦਾ ਵੇਲਾ ਆ ਕੱਲਾ ਨੀਂਦ ਚੋਂ ਜਾਗਣ ਦਾ ਨਹੀਂ ਵੇਲਾ ਹੁੰਦਾ ਸਵੇਰਾ ਹੋ ਗਿਆ ਹੋਰ ਵੀ ਬਹੁ ਵੇਲੇ ਹੁੰਦੇ ਜਾਗਣ ਦੇ ਤੇ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਪੁੱਤਰਾ ਜਿੰਨੀਆਂ ਮਰਜ਼ੀ ਨਵਾਜਾਂ ਪੜ ਲੈ ਜਿੱਥੇ ਦਿਲ ਚ ਖੋਟਿਆ ਇਹ ਤਾਂ ਇਦਾਂ ਹੀ ਰਹਿਣੀ ਆ ਸ਼ੇਅਰ ਕਰਿਓ ਵੱਧੋ ਵੱਧ ਤੇ ਸਾਰਿਆਂ ਤੱਕ ਪਹੁੰਚਾਇਓ ਤੇ ਜਾਂਦੇ ਆਂਦੇ ਇੱਕ ਰਿਕੁਐਸਟ ਆ ਤੁਹਾਨੂੰ ਮੈਂ ਸਵੇਰੇ ਵੀ ਵੀਡੀਓ ਪਾਈ ਸੀ ਇੱਕ ਉਹ ਵੀਡੀਓ ਕਿੱਥੇ ਗਈ ਤੁਹਾਨੂੰ ਦੀਦੀ ਨਹੀਂ ਕਿਸੇ ਨੂੰ ਮੈਨੂੰ ਦੀਦੀ ਆ ਉਹਦਾ ਵੀ ਦੱਸਦਾ ਕੀ ਹੋਇਆ ਤੇ ਸਾਰੇ ਪਾਸੇ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰੋ ਫੋਲੋ ਕਰ ਲਓ ਜੀ ਹਿੰਦੀ ਜਸਵਾਲ ਭੇਡਾਂ ਦਾ ਕਾਲ ਕਰਾ ਕੇ ਰੱਖਣੀ ਭੇਡਾਂ ਦੀ ਹਾਂਜੀ ਸ਼ੇਅਰ ਕਰਿਓ ਬੱਦੋ ਵੱਧ ਧੰਨਵਾਦ 206 ਰਹੀ ਹੋਇਆ ਸਾਰੇ ਪੰਜਾਬੀਆਂ ਦੇ ਫੋਨ ਚ ਵੀਡੀਓ ਪਹੁੰਚਾ ਦਿਓ ਸਤਿ ਸ਼੍ਰੀ ਅਕਾਲ ਤੇ ਬੱਦੋ ਸ਼ੇਅਰ ਕਰਿਓ ਤੇ ਆਪਣਾ ਫਾਈਨੈਂਸ਼ਲੀ ਸਪੋਰਟ ਕੋਈ ਹੈ ਨਹੀਂ ਕਲਿੱਕ ਕਰਦੇ ਹੋ ਲਿੰਕ ਪਾਉਣਾ ਉਹ ਵੀ ਧੰਨਵਾਦ ਸ਼ੇਅਰ ਕਰੋ ਜੇ ਕਿਸੇ ਚੈਨਲ ਨੇ ਵੀਡੀਓ ਵਰਤਣੀ ਹੈ ਕ੍ਰੈਡਿਟ ਲਿਖਣਾ ਉੱਤੇ ਵੀ ਹਿੰਦੀ ਸਵਾਲ ਨੇ ਬਣਾਈ ਆ ਧੰਨਵਾਦ ਸ਼ੁਕਰੀਆ